ਜਹਾਂ ਵਿੱਚ ਕੰਮ ਕਰਕੇ ਵੀ ਤੇਰੇ ਸਾਰੇ ਚਾ ਪਗਾਉਂਦੇ ਰਹੇ ਹੁਤੇ ਤੂੰ ਏਸੀਆਂ ਵਿੱਚ ਕੰਮ ਕਰਕੇ ਵੀ ਕਿਉਂ ਨਾ ਸਾਡਾ ਦਰਦ ਵੰਡਾ ਹੋਇਆ ਅਸੀਂ ਚਾਰ ਖਾਣਾ ਦੇ ਅਸੀਂ ਇੱਕ ਕਮਰੇ ਵਿੱਚ ਪਲੰਗ ਡਾਹੇ ਤੇਰੇ ਸੌਣ ਲਈ ਅਸੀਂ ਪੰਜ ਰੂਮਾਂ ਅਸੀਂ ਚਾਰ ਖਾਣਾ ਦੇ ਇੱਕ ਕਮਰੇ ਵਿੱਚ ਪਲੰਗ ਡਾਹੇ ਤੇਰੇ ਸੌਣ ਲਈ ਇੱਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾ ਡਾਹ ਹੋਇਆ ਤਾੜੀ ਲਗਾ ਦੇ ਚੰਗੀ ਲੱਗੀ ਤਰਬੀ ਖਾਂ ਦੀ ਸਾਫ ਬਹੁਤ ਮਹੂਮ ਰਾਈਟਰ ਅਸੀਂ ਚਾਰ ਖਾਣਾ ਦੇ ਇੱਕ ਕਮਰੇ ਵਿੱਚ ਪਲੰਗ ਡਾਹੇ ਤੇਰੇ ਸੌਣ ਲਈ ਇੱਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾ ਡਾ ਹੋਇਆ ਤੈਨੂੰ ਸਾਰੇ ਮੇਲੇ ਮੋਢਿਆਂ ਉੱਤੇ ਚੁੱਕ ਕੇ ਰਿਹਾ ਵਿਖਾਉਂਦਾ ਮੈਂ ਬਾਪੂ ਮੋਢਿਆਂ ਤੇ ਆਪਣੇ ਪੁੱਤ ਨੂੰ ਪਤਾ ਕਿਉਂ ਬਿਠਾਉਂਦਾ ਕਿ ਜੋ ਮੈਨੂੰ ਨਾ ਦਿਖਦਾ ਜੋ ਮੈਨੂੰ ਨਾ ਦਿਖਾਈ ਦੇ ਰਿਹਾ ਹੋਵੇ ਉਹ ਮੇਰੇ ਪੁੱਤ ਨੂੰ ਦਿਖੇ ਇਸ ਲਈ ਬਾਪ ਆਪਣੇ ਮੋਢਿਆਂ ਤੇ ਆਪਣੇ ਪੁੱਤ ਨੂੰ ਬਿਠਾਉਂਦਾ ਸੁਣ ਕੇ ਤੈਨੂੰ ਸਾਰੇ ਮੇਲੇ ਮੋਢਿਆਂ ਉੱਤੇ ਚੁੱਕ ਕੇ ਰਿਹਾ ਵਿਖਾਉਂਦਾ ਮੈਂ ਭਰ ਭਰ ਕੇ ਪਾਣੀ ਖੂਹੀ ਦਾ ਤੈਨੂੰ ਮਲ ਮਲ ਰਿਹਾ ਨਹਾਉਂਦਾ ਮੈਂ ਤੈਥੋਂ ਭਰ ਕੇ ਸਾਨੂੰ ਟੂਟੀ ਤੋਂ ਸਾਡਾ ਇੱਕ ਮੰਜਾ ਨਾ ਹੋਇਆ ਇੱਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾ ਹੋਇਆ ਅਸੀਂ ਚਾਰ ਖਾਣਾ ਦੇ ਇੱਕ ਕਮਰੇ ਵਿੱਚ ਪਲੰਗ ਡਾਹੇ ਤੇਰੇ ਸੌਣ ਲਈ ਤੇ ਇੱਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾ ਹੋਇਆ ਸਾਡਾ ਇੱਕ ਮੰਜਾ ਨਾ ਕਹਿੰਦਾ ਪੁੱਤਰਾ ਉਸ ਵੇਲੇ ਚਾਰ ਖਣ ਸੀ ਸਾਡੇ ਕੋਲ ਇੱਕੋ ਹੀ ਕਮਰਾ ਸੀ ਜਿੱਥੇ ਤੈਨੂੰ ਪਲੰਘ ਡਾਹਤਾ ਸੀ ਸੌਣ ਲਈ ਤੇ ਹੁਣ ਤਾਂ ਤੇਰੇ ਕੋਲ ਪੰਜ ਸੱਤ ਰੂਮ ਆ ਤੂੰ ਸਾਨੂੰ ਇੱਕ ਵੀ ਨਾ ਰੂਮ ਦੇ ਸਕਿਆ ਸਾਡਾ ਇੱਕ ਮੰਜਾ ਵੀ ਨਾ ਡਾਹ ਸਕਿਆ ਬੱਲੇ ਉਹ ਤੇਰੇ ਸ਼ੇਰਾ ਜਿਉਂਦਾ ਵਸਦਾ ਰਹੇ ਫਿਰ ਵੀ ਅਸੀਸੇ ਨਿਕਲਦੀ ਹੈ ਬੱਲੇ ਉਹ ਤੇਰੇ ਸ਼ੇਰਾ ਜਿਉਂਦਾ ਵਸਦਾ ਰਹੇ ਤੇ ਮਾਂ ਬਾਪ ਦੀ ਅਸੀਸ ਬਾਪੂ ਦੀ ਅਸੀਸ ਤੇ ਜੇ ਮਾਂ ਬਾਪ ਨੂੰ ਬਾਹਰ ਕੱਢਿਆ ਤੇ ਫਿਰ ਬਥੇਰਿਆਂ ਦੇ ਆਉਂਦਾ ਮਤਲਬ ਕੋਈ ਮੇਰੇ ਨਹੀਂ ਰੱਖਦਾ ਮਾਂ ਬਾਪ ਦੀ ਸੇਵਾ ਕਰ ਲਓ ਬਥੇਰੇ ਵੱਡੇ ਵਡੇਰੇ ਆਪੇ ਖੁਸ਼ ਹੋ ਕਿਉਂਕਿ ਉਹ ਵੀ ਉਹਨਾਂ ਦੀ ਸੰਤਾਨ ਹੈ ਅਗਲੀ ਗੱਲ ਤੁਹਾਡੀ ਨਜ਼ਰ ਤੈਨੂੰ ਚੜ੍ਹਨਾ ਜਦੋਂ ਬੁਖਾਰ ਸਿਰ ਗਿੱਲੀਆਂ ਪੱਟੀਆਂ ਭਰਦੀ ਰਹੀ ਤੇਰੀ ਮਾਂ ਤੇਰੀ ਮਾਂ ਤੇਰੀ ਮਾਂ ਤੇਰੀ ਮਾਂ ਤੈਨੂੰ ਚੜ੍ਹਨਾ ਜਦੋਂ ਬੁਖਾਰ ਕਦੇ ਸਿਰ ਗਿੱਲੀਆਂ ਪੱਟੀਆਂ ਭਰਦੀ ਰਹੀ ਮਾਂ ਪੱਤ ਹੁੰਦਾ ਏ ਦਿਲ ਮੇਰਾ ਭੱਜ ਮੂੰਹ ਮੋਰੇ ਬੁੱਕ ਕਰਦੀ ਰਹੀ ਅੱਜ ਉਹਦਾ ਵੀ ਸਿਰ ਦੁਖਦਾ ਹੋ ਤੇਰੀ ਮਾਂ ਦਾ ਵੀ ਸਿਰ ਦੁਖਦਾ ਹੋ ਤੈਥੋਂ ਹਾਲ ਪੁੱਛਣ ਨਾ ਆ ਹੋਇਆ ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਉਹ ਸਾਡਾ ਇੱਕ ਮੰਜਾ ਨਾ ਡਾ ਹੋਇਆ ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾ ਡਾ
ताली लगा के।